ਇੱਕ ਪੰਡਤਾਂ ਦਾ ਕੁੱਤਾ ਸੀ, ਇੱਕ ਜੱਟਾਂ ਦਾ। ਸੁਣ, ਦੋਏ ਜਾਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ। ਉਹ ਡੱਬੂ ਸੀਗਾ ਜੱਟਾਂ ਦੇ ਕੁੱਤੇ ਦਾ ਨਾਂ। ਉਹ ਕਾਲੂ ਕਹਿੰਦਾ, ਡੱਬੂ ਕਿਆ ਹਾਲ ਹੈ ਤੇਰਾ, ਅੱਜ ਕਿਆ ਖਾਧਾ? ਕਹਿੰਦਾ, ਮੈਂ ਕਿਆ ਖਾਣਾ ਹੈ, ਸੁੱਕੀ ਰੋਟੀ ਦੇਤੀ ਹੈ, ਮੇਰੇ ਮੂਹਰੇ ਗੇਰ ਗਏ, ਉੱਪਰ ਲੱਸੀ ਗੇਰ ਗਈ ਥੋੜੀ ਜੀ, ਬਸ ਤੁਸੀਂ ਉਹਨੂੰ ਖਾ ਕੇ ਗੁਜ਼ਾਰਾ ਕਰ ਰਹੇ, ਮਾਣ ਟਾਣ ਦੇ ਬੰਨੇ ਬੈਠੇ। ਕਹਿੰਦਾ, ਤੈਂ ਕਿਆ ਖਾਧਾ? ਕਹਿੰਦਾ, ਮੈਨੂੰ ਤਾਂ ਖੀਰ ਮਿਲੀ ਹੈ, ਹੁਣ ਤਾਂ ਕੂੜੇ ਮਿਲੇ ਆ, ਅੱਜ ਤਾਂ ਕੰਜਕਾਂ ਸੀਗੀਆਂ। ਦੋ ਤਿੰਨ ਵਾਰ ਐਂ ਹੋ ਗਿਆ, ਉਹ ਕਹੇ ਕਰੇ, ਮੈਂ ਤਾਂ ਮਾਣ ਤਾਣ ਦਾ ਭੁੱਲਾ, ਜਿਹੜਾ ਡੱਬੂ ਹੈ ਜੱਟ ਵਾਲਾ, ਕਹਿੰਦਾ ਮੈਂ ਤਾਂ ਮਾਣ ਤਾਣ ਦਾ ਬੰਨਿਆ ਬੈਠਾ। ਉਹ ਕਹਿੰਦਾ, ਇਹੋ ਜਿਹਾ ਕਿਹੜਾ ਮਾਣ ਤਾਣ ਹੈ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੈਠਾ? ਕਹਿੰਦਾ, ਮਾਣ ਤਾਣ ਇਹ ਹੈ ਵੀ ਜੱਟ ਦੇ ਹੈਗੇ ਦੋ ਜਨਾਨੀਆਂ, ਕਦੇ ਤਾਂ ਉਹ ਕਹਿੰਦੇ ਦੀ ਤੂੰ ਡੱਬੂ ਕੁੱਤੇ ਦੀ ਰਾਨੀ, ਕਦੇ ਉਹ ਕਹਿੰਦੇ ਦੀ ਤੂੰ ਡੱਬੂ ਕੁੱਤੇ ਦੀ ਰਾਨੀ। ਕਹਿੰਦਾ, ਬਸ ਆਹੀ ਮਾਣ ਤਾਣ ਹੈ, ਬਸ ਸੁੱਕੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰੀ ਜਾ। ਦੇਖੋ, ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਉਹ ਸਾਰਿਆਂ ਨੇ ਦੇਖੀ ਆ, ਪੜ੍ਹੀ ਵੀ ਹੈ ਸਾਰਿਆਂ ਨੇ। ਲੇਕਿਨ ਗੱਲ ਇਹ ਹੈਗੀ ਹੈ ਕਿ ਮੁੱਖ ਮੰਤਰੀ ਜਿਹੜੇ ਸਾਡੇ ਸਾਬਕਾ ਹੈਗੇ ਨੇ ਚੰਨੀ ਸਾਹਿਬ ਜੀ, ਇਹਨਾਂ ਦੀ ਇੱਕ ਆਦਤ ਹੀ ਬਣ ਚੁੱਕੀ ਹੈ, ਇਹਨਾਂ ਦੀ ਸੋਚ ਅਤੇ ਇਹਨਾਂ ਦੀ ਜਿਹੜੀ ਗਲਤ ਧਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਹੈ, ਇਹ ਅੱਜ ਨਵੀਂ ਨਹੀਂ ਹੈਗੀ, ਇਹ ਬਹੁਤ ਪੁਰਾਣੀ ਹੈ। ਕਦੇ ਕਿਸੇ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਹੱਥ ਲਾ ਲਿਆ, ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਠੋਡੀ 'ਤੇ ਹੱਥ ਲਾ ਕੇ ਬਾਅਦ 'ਚੋਂ ਕਿਹਾ ਉਹ ਆਪਣੀ ਮਾਫ਼ੀ ਮੰਗ ਲਈ। ਅੱਜ ਜਿਹੜਾ ਇਹਨਾਂ ਦਾ ਹੋਰ ਨਵਾਂ ਕਾਰਨਾਮਾ ਹੈਗਾ, ਉਹ ਹੈਗਾ ਗਿੱਦੜਬਾਹ ਜਾ ਕੇ ਜਦੋਂ ਇਹਨਾਂ ਨੇ ਚੋਣ ਪ੍ਰਚਾਰ ਅੰਮ੍ਰਿਤਾ ਜੀ ਦੇ ਲਈ ਕਰਨ ਗਏ ਸੀਗੇ, ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਇੰਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਇਗਜ਼ੈਂਪਲ ਦਿੱਤੀ ਹੈ, ਜੱਟ ਸਮਾਜ ਬਾਰੇ ਵੀ, ਪੰਡਿਤ ਸਮਾਜ ਬਾਰੇ ਵੀ ਅਤੇ ਮਹਿਲਾਵਾਂ ਬਾਰੇ ਵੀ। ਉਸ ਨੂੰ ਮੈਂ ਦੁਹਰਾਉਣਾ ਨਹੀਂ ਚਾਹੁੰਦੀ, ਕਿਉਂਕਿ ਐਡੀ ਸ਼ਰਮਨਾਕ ਇਹਨੂੰ ਕਿਹਾ ਹੀ ਨਹੀਂ ਜਾ ਸਕਦਾ, ਉਹ ਤੁਸੀਂ ਸਭ ਨੂੰ ਪਤਾ ਹੀ ਹੈ, ਨਾਲੇ ਸੁਣੀ ਵੀ ਹੋਣੀ ਹੈ। ਲੇਕਿਨ ਇਹੋ ਜਿਹੜੀ ਸੋਚ ਜਿਹੜੀ ਰੱਖ ਕੇ, ਮੈਨੂੰ ਇਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਆਪਣੇ ਇੱਕ ਮੁੱਖ ਮੰਤਰੀ ਦੇ ਅਹੁਦੇ 'ਤੇ ਰਹਿ ਚੁੱਕੇ ਨੇ, ਕਿਸ ਤਰੀਕੇ ਦੇ ਨਾਲ ਅਹੁਦੇ 'ਤੇ ਰਹੇ ਨੇ ਇਸ ਤਰੀਕੇ ਦੇ ਨਾਲ, ਔਰ ਜਿਹੜਾ ਇਹ ਸ਼ਬਦਾਵਲੀ ਔਰ ਜਿਹੜੇ ਇਗਜ਼ੈਂਪਲ ਇਹਨਾਂ ਨੇ ਵਰਤੀ ਹੈ, ਹਾਊ ਡੇਅਰ ਹੀ ਕੈਨ ਡੂ ਦੈਟ, ਹਾਊ ਡੇਅਰ ਹੀ ਕੈਨ ਸੇ ਦਿਸ ਟੂ ਮਹਿਲਾਵਾਂ, ਕਿ ਜਿਹੜੀਆਂ ਮਹਿਲਾਵਾਂ ਨੇ ਉਹ ਇਸ ਤਰੀਕੇ ਦੀਆਂ ਹੈਗੀਆਂ ਨੇ। ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ, ਉਹ ਜਿਹੜੀ ਅੰਮ੍ਰਿਤਾ ਵਰਿੰਗ ਉੱਥੇ ਖੜ੍ਹੇ ਸੀਗੇ, ਉਹਨਾਂ ਨੇ ਬਿਲਕੁਲ ਚੁੱਪ ਚਾਪ ਇਸ ਚੀਜ਼ ਨੂੰ ਸਹਿਣ ਕਰ ਲਿਆ। ਕਿਉਂ ਸਹਿਣ ਕੀਤਾ? ਇੱਕ ਵੋਟਾਂ ਪਿੱਛੇ। ਲੇਕਿਨ ਅੱਛਾ ਗੱਲ ਤਾਂ ਇਹ ਹੁੰਦੀ ਕਿ ਇੱਕ ਮਹਿਲਾ ਹੋਣ ਦੇ ਨਾਤੇ ਉਸ ਟਾਈਮ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ, ਤਾਂ ਤਾਂ ਕੋਈ ਮਹਿਲਾ ਮੰਨਦੀ ਕਿ ਤੁਸੀਂ ਉਹਨਾਂ ਦੇ ਇੱਜ਼ਤ ਦੇ ਲਈ ਖੜ੍ਹੇ ਹੋ, ਉਹਨਾਂ ਦੇ ਪੱਖ 'ਚ ਖੜ੍ਹੇ ਹੋ। ਇੱਕ ਜਾ ਕੇ ਉੱਥੇ ਰੋਟੀ ਹੱਥ 'ਤੇ ਧਰ ਕੇ ਖਾਣੀ, ਇਹ ਤੁਹਾਡੀ ਵੋਟਾਂ ਜਿਹੜੀਆਂ ਉਹਨਾਂ ਨੂੰ ਅਟਰੈਕਟ ਕਰਨ ਦੇ ਲਈ ਤੁਸੀਂ ਕਰ ਰਹੇ ਹੋ, ਇਹੋ ਜਿਹੇ ਹੱਥਕੰਡੇ, ਚੀਪ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ, ਇਹੋ ਜਿਹੀ ਚੀਪ ਸ਼ਬਦਾਵਲੀ ਇਹੋ ਜਿਹੀ ਬਣਾ ਕੇ, ਇਸ ਤਰੀਕੇ ਨਾਲ ਜਿਹੜੀਆਂ ਮਹਿਲਾਵਾਂ ਨੇ ਇਹ ਤੁਹਾਡੇ ਖਿਲਾਫ਼ ਨੇ। ਮੈਂ ਇਹ ਗੱਲ ਕਹਿੰਦੀ ਹਾਂ ਹਰ ਮਹਿਲਾ ਨੂੰ, ਪੰਜਾਬ ਦੀ ਮਹਿਲਾ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਦੇ ਅਗੇਂਸਟ ਆਵਾਜ਼ ਉਠਾਓ, ਅੰਮ੍ਰਿਤਾ ਵਰਿੰਗ ਦੀ ਚੁੱਪ ਦੇ ਖਿਲਾਫ਼ ਆਵਾਜ਼ ਉਠਾਓ, ਚੰਨੀ ਸਾਹਿਬ ਦੇ ਜਿਹੜੇ ਹੈਗੇ ਨੇ ਸ਼ਬਦਾਂ ਦੇ ਖਾਸ ਆਵਾਜ਼ ਉਠਾਓ। ਈਵਨ ਕਿ NCW ਨੂੰ ਵੀ ਚਾਹੀਦਾ ਆ ਕਿ ਇਸ ਦੇ ਖਿਲਾਫ਼ ਜਿਹੜੀ ਹੈ ਕੋਈ ਐਕਸ਼ਨ ਲੈਣਾ ਚਾਹੀਦਾ ਆ। ਲੇਕਿਨ ਮੈਂ ਇਹ ਵੀ ਗੱਲ ਕਹਿੰਦੀ ਹਾਂ ਨਾਲ ਕਿ ਜੇ ਤੁਸੀਂ ਇੱਕ ਕਮਿਊਨਿਟੀ ਨੂੰ ਲੈ ਕੇ, ਜੱਟ ਸਿੱਖ ਨੂੰ ਲੈ ਕੇ, ਪੰਡਿਤਾਂ ਨੂੰ ਲੈ ਕੇ ਇਹੋ ਜਿਹਾ ਬਿਆਨ ਦੇ ਰਹੇ ਹੋ, ਤਾਂ ਕੀ ਦਿਖਾਉਣਾ ਚਾਹੁੰਦੇ ਹੋ? ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਸਟੇਟ ਦੇ ਅੰਦਰ? ਇਹ ਜਿਹੜੀ ਚੀਜ਼ ਹੈ ਇਹ ਬਹੁਤ ਖਿਲਾਫ਼ ਹੈ। ਅਗਰ ਅਮਨ ਸ਼ਾਂਤੀ ਸਟੇਟ ਦੀ ਭੰਗ ਵੀ ਹੁੰਦੀ ਹੈ, ਮਹਿਲਾ ਜਿਹੜੀਆਂ ਨੇ ਸੜਕਾਂ 'ਤੇ ਉਤਰਦੀਆਂ ਨੇ ਤੁਹਾਡੇ, ਮੈਂ ਇਹ ਕਹਿੰਦੀ ਹਾਂ ਕਾਨੂੰਨ ਦੀ ਜਿਹੜੀ ਹੈ ਇਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ, ਔਰ ਇਸ ਚੀਜ਼ ਦਾ ਜ਼ਿੰਮੇਵਾਰ ਜਿਹੜੇ ਨੇ ਉਹ ਚੰਨੀ ਸਾਹਿਬ ਹੋਣਗੇ। ਅੰਮ੍ਰਿਤਾ ਵਰਿੰਗ ਦੀ ਚੁੱਪ ਹੋਏਗੀ ਇਹਨਾਂ ਦੇ ਖਿਲਾਫ਼, ਜਿਹੜੀ ਕਿ ਉਸ ਟਾਈਮ 'ਤੇ ਚੁੱਪ ਰਹੇ ਨੇ ਉਹ ਇਹਨਾਂ ਦੇ ਜ਼ਿੰਮੇਵਾਰ ਹੋਣਗੇ। ਸ਼ਰਮ ਆਉਣੀ ਚਾਹੀਦੀ। ਅਸੀਂ ਕਿਸ ਚੀਜ਼ ਦਾ ਨੋਟਿਸ ਵੀ ਦਰਜ ਕੀਤਾ, ਸ਼ੋਅ ਕੌਜ਼ ਨੋਟਿਸ ਭੇਜਿਆ ਅਸੀਂ ਚੰਨੀ ਸਾਹਿਬ ਨੂੰ ਭੇਜ ਰਹੇ ਹਾਂ ਕਿ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ, ਸਾਡਾ ਕੱਲ੍ਹ ਤੱਕ ਜਵਾਬ ਦਿੱਤਾ ਜਾਵੇ। ਜੇ ਉਹ ਕੱਲ੍ਹ ਤੱਕ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਆ, ਉਹਨਾਂ ਦੇ ਖਿਲਾਫ਼ ਜਿਹੜੀ ਹੈ ਫਿਰ ਮੈਂ DGP ਸਾਹਿਬ ਨੂੰ ਵੀ ਚਿੱਠੀ ਲਿਖੂੰਗੀ, ਔਰ ਜਿਹੜੀਆਂ ਧਾਰਾਵਾਂ ਜਾਂ FIR ਉਹਨਾਂ 'ਤੇ ਬਣਦੀ ਹੈ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ।